ਤੁਸੀਂ ਦੇਖ ਰਹੇ ਹੋ ਪ੍ਰਾਈਮ ਮਿਨਿਸਟਰ ਟੀ ਵੀ, ਮੈਂ ਜੋਗਰਾਜ ਸਿੰਘ ਕਾਲੋਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਜੁੜੇ ਹਾਂ। ਕੈਨੇਡੀਅਨ ਨੈਸ਼ਨਲ ਰੇਲਵੇ ਵੱਲੋਂ ਜੋ ਸਟ੍ਰਾਈਕ ਦਾ ਅਨਾਊਂਸਮੈਂਟ ਕੀਤੀ ਗਈ ਸੀ ਦੋ ਵੱਡੀਆਂ ਕੰਪਨੀਜ਼ ਵੱਲੋਂ, ਉਹ ਹੁਣ ਖਤਮ ਕਰ ਦਿੱਤੀ ਗਈ ਹੈ ਅਤੇ ਹੁਣ ਸਮਝੌਤੇ ਵਾਸਤੇ ਰਿਕਵਰੀ ਪਲਾਨ ਜਿਹੜਾ ਉਹ ਰੈਡੀ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਯਾਨੀ ਵੀਰਵਾਰ ਸਵੇਰ ਤੋਂ ਕੈਨੇਡਾ ਦੀਆਂ ਦੋ ਵੱਡੀਆਂ ਰੇਲ ਕੰਪਨੀਜ਼ CN ਅਤੇ CPKC ਵੱਲੋਂ ਆਪਣੇ 9300 ਦੇ ਕਰੀਬ ਇੰਜੀਨੀਅਰਸ, ਕਾਮੇ ਜਿਹੜੇ ਵੀ ਕੰਮ ਕਰਦੇ ਸਨ ਸਾਰੀਆਂ ਰੇਲ ਦੇ ਵਿਭਾਗ ਦੇ ਨਾਲ ਜੁੜੇ, ਉਹਨਾਂ ਨੂੰ ਸਟ੍ਰਾਈਕ 'ਤੇ ਜਿਹੜਾ ਜਾਣ ਦਾ ਨੋਟਿਸ 72 ਘੰਟੇ ਪਹਿਲਾਂ ਦਿੱਤਾ ਗਿਆ ਸੀ ਅਤੇ ਅੱਜ ਤੋਂ ਸਟ੍ਰਾਈਕ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੈਨੇਡਾ ਦੀ ਇਕੋਨਮੀ ਦੇ ਇੱਕ ਵਾਰੀ ਥੜਕਣ ਦੇ ਪੂਰੇ ਅਸਾਰ ਬਣੇ ਹੋਏ ਸਨ, ਕਿਉਂਕਿ ਰੇਲਵੇਜ਼ ਦੇ ਉੱਤੇ ਕੈਨੇਡਾ ਦੀ ਇਕੋਨਮੀ ਬੜੇ ਵੱਡੇ ਪੱਧਰ 'ਤੇ ਜਿਹੜੀ ਆ ਉਹ ਸਫ਼ਰ ਕਰਦੀ ਹੈ ਅਤੇ ਮਿਲੀਅਨਸ ਆਫ ਡਾਲਰ ਦਾ ਵਪਾਰ ਜਿਹੜਾ ਆ ਰੋਜ਼ ਕੀਤਾ ਜਾਂਦਾ ਹੈ, ਉਹ ਸਾਰੇ ਕੁਛ ਨੇ ਪ੍ਰਭਾਵਿਤ ਹੋਣਾ ਸੀ ਅਤੇ ਸਾਰੇ ਕੁਛ ਦੀ ਬਰੀਕੀ ਨੂੰ ਦੇਖਦਿਆਂ ਹੋਇਆਂ ਕੈਨੇਡਾ 'ਚ ਜਿਸ ਹਾਲਾਤ 'ਤੇ ਖੜ੍ਹਾ ਉਹਨੂੰ ਦੇਖਦਿਆਂ ਹੋਇਆਂ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਇਹ ਸਾਰੇ ਕੁਛ ਦੇ ਵਿੱਚ ਅੱਜ ਇੰਟਰਫੇਅਰ ਕੀਤਾ ਗਿਆ। ਪਹਿਲਾਂ ਤੋਂ ਵੀ ਕੈਨੇਡਾ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ, ਪਰ ਅੱਜ ਹੜਤਾਲ ਦੀ ਅਨਾਊਂਸਮੈਂਟ ਤੋਂ ਬਾਅਦ ਉਹਨਾਂ ਵੱਲੋਂ ਇਹਦੇ ਬਾਬਤ ਸਖ਼ਤ ਕਦਮ ਚੁੱਕਣ ਵਾਸਤੇ ਦੋਵੇਂ ਧਿਰਾਂ ਜਿਹੜੀਆਂ ਯੂਨੀਅਨ ਵਰਕਰਸ ਨੇ, ਜੋ ਆਪਣੇ ਵਰਕਰਸ ਦੀ ਮੰਗਾਂ ਨੂੰ ਲੈ ਕੇ, ਵਰਕਰਸ ਦੇ ਸਕੈਜੂਲ ਨੂੰ ਲੈ ਕੇ, ਵਰਕਰਸ ਦੇ ਕੰਮ ਕਰਨ ਦੇ ਢੰਗ ਤਰੀਕੇ ਨੂੰ ਲੈ ਕੇ ਅਤੇ ਉਹਨਾਂ ਦੇ ਪੇ ਸਕੇਲ ਨੂੰ ਲੈ ਕੇ ਜੋ ਮੰਗਾਂ ਰੱਖੀਆਂ ਗਈਆਂ ਸਨ ਦੋ ਵੱਡੀਆਂ ਰੇਲ ਕੰਪਨੀਜ਼ ਦੇ ਨਾਲ, ਉਹਨਾਂ ਦੇ ਵਿੱਚ ਹੁਣ ਕੈਨੇਡਾ ਦੀ ਫੈਡਰਲ ਸਰਕਾਰ ਨੇ ਐਜ਼ ਏ ਮੀਡੀਏਟਰ ਆਪਣਾ ਰੋਲ ਨਿਭਾਇਆ ਅਤੇ ਸਾਰੇ ਕੁਛ ਦਾ ਹੁਣ ਜਿਹੜੀ ਸਟ੍ਰਾਈਕ ਹੈ ਉਹਨੂੰ ਰੋਕ ਕੇ ਦੁਬਾਰਾ ਕੰਮ ਕਾਜ ਸ਼ੁਰੂ ਕਰਨ ਵੱਲ ਨੂੰ ਸਟੈਪਸ ਜਿਹੜੇ ਨੇ ਉਹ ਲੈਣੇ ਸ਼ੁਰੂ ਕਰ ਦਿੱਤੇ ਗਏ ਨੇ ਅਤੇ ਰਿਕਵਰੀ ਪਲਾਨ ਇਹਦੇ ਬਾਬਤ ਜਾਰੀ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਟੋਰਾਂਟੋ, ਮੋਂਟਰੀਅਲ ਅਤੇ ਵੈਨਕੂਵਰ ਦੇ ਵਿੱਚ ਵੱਡੀ ਗਿਣਤੀ 'ਚ ਇੰਪਲੋਈਜ਼ ਇਹਨਾਂ ਜਿਹੜੀਆਂ ਰੇਲ ਕੰਪਨੀਜ਼ ਇਹਨਾਂ ਵਿੱਚ ਕੰਮ ਕਰਦੇ ਸਨ, ਇਹਨਾਂ ਦੇ ਵੱਡੇ ਜਿਹੜੇ ਸਾਰੇ ਰੇਲ ਦੇ ਨੈੱਟਵਰਕ ਸਨ ਉਹ ਸਾਰਾ ਕੁਛ ਪ੍ਰਭਾਵਿਤ ਹੋਣਾ ਸੀ ਅਤੇ ਰੋਜ਼ ਕੈਨੇਡਾ ਦੀ ਗੱਲ ਕੀਤੀ ਜਾਵੇ ਤਕਰੀਬਨ $1 ਬਿਲੀਅਨ ਦਾ ਵਪਾਰ ਜਿਹੜਾ ਰੇਲ ਗੱਡੀਆਂ ਰਾਹੀਂ ਕੈਨੇਡਾ ਦੇ ਵਿੱਚ ਕੀਤਾ ਜਾਂਦਾ ਸੀ ਅਤੇ ਨੁਕਸਾਨ ਦਾ ਜਦੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਤਕਰੀਬਨ $350 ਮਿਲੀਅਨ ਦਾ ਨੁਕਸਾਨ ਰੋਜ਼ਾਨਾ ਹੋਣਾ ਸੀ ਜੋ ਕੈਨੇਡੀਅਨ ਇਕੋਨਮੀ 'ਤੇ ਅਸਰ ਪੈਣਾ ਸੀ। ਪਹਿਲਾਂ ਹਾਲਾਤ ਤੁਸੀਂ ਇਕੋਨਮੀ ਦੇ ਦੇਖ ਲਓ ਕੀ ਹੋਏ ਪਏ ਨੇ ਅਤੇ ਉੱਤੋਂ ਜੇ ਇਹ 1-2-4 ਦਿਨ ਕਿਤੇ 1 ਹਫ਼ਤਾ ਸਟ੍ਰਾਈਕ ਚੱਲ ਜਾਂਦੀ ਤਾਂ ਬਹੁਤ ਬੁਰੇ ਜਿਹੜੇ ਨਤੀਜੇ ਦੇ ਉਹ ਭੁਗਤਣੇ ਪੈਣੇ ਸਨ, ਪਰ ਕਹਿ ਲਈਏ ਕਿ ਕਈ ਮਹੀਨੇ ਦੀਆਂ ਜਿਹੜੀਆਂ ਨੈਗੋਸੀਏਸ਼ਨ ਸਨ ਇਸ ਤੋਂ ਪਹਿਲਾਂ ਰੇਲ ਕੰਪਨੀਜ਼ ਅਤੇ ਯੂਨੀਅਨ ਦੇ ਵਿਚਾਲੇ ਚੱਲ ਰਹੀਆਂ ਸਨ ਜੋ ਕਿ ਸਿਰੇ ਨਹੀਂ ਚੜੀਆਂ। ਅਲਟੀਮੇਟਮ ਵੀ ਦਿੱਤੇ ਗਏ ਯੂਨੀਅਨ ਵੱਲੋਂ, 72 ਘੰਟੇ ਦਾ ਨੋਟਿਸ ਵੀ ਦਿੱਤਾ ਗਿਆ, ਪਰ ਅੱਜ ਫਿਰ ਸਟ੍ਰਾਈਕ ਦੀ ਅਨਾਊਂਸਮੈਂਟ ਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਵੀ ਕਈ ਵਾਰੀ ਜਿਹੜੇ ਯੂਨੀਅਨ ਵਰਕਰਸ ਨੇ ਸਟ੍ਰਾਈਕ 'ਤੇ ਜਾ ਚੁੱਕੇ ਨੇ, ਸਾਲ 2012 ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸਟ੍ਰਾਈਕ ਹੋਈ ਸੀ ਜੋ 9 ਦਿਨ ਲਾਸਟ ਕੀਤੀ ਸੀ ਜੋ ਕਿ CP ਵਰਕਰਸ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਸਾਲ 2015 ਵਿੱਚ 2 ਦਿਨ ਵਾਸਤੇ, ਸਾਲ 2018 ਦੇ ਵਿੱਚ ਵੀ ਜਿਹੜੇ CP ਇੰਜੀਨੀਅਰਸ ਅਤੇ ਕੰਡਕਟਰ ਸਨ ਉਹਨਾਂ ਵੱਲੋਂ 16 ਘੰਟੇ ਦੀ ਹੜਤਾਲ ਕੀਤੀ ਗਈ ਸੀ। ਉਸ ਤੋਂ ਬਾਅਦ ਸਾਲ 2019 ਵਿੱਚ CN ਦੇ ਵਰਕਰਾਂ ਵੱਲੋਂ 8 ਦਿਨਾਂ ਦੀ ਜਿਹੜੀ ਹੜਤਾਲ ਉਹ ਕੀਤੀ ਗਈ ਅਤੇ ਫਿਰ ਸਾਲ 2022 ਦੇ ਵਿੱਚ CP ਵਰਕਰਸ ਵੱਲੋਂ 60 ਘੰਟਿਆਂ ਦੀ ਹੜਤਾਲ ਕੀਤੀ ਗਈ ਸੀ। ਸੋ 2012 ਦੇ ਵਿੱਚ 9 ਦਿਨ ਦੀ ਹੁਣ ਤੱਕ ਦੀ ਹਿਸਟਰੀ ਦੀ ਸਭ ਤੋਂ ਵੱਡੀ ਹੜਤਾਲ ਜਿਹੜੀ ਸੀਗੀ ਅਤੇ ਹੁਣ ਸਾਲ 2024 ਦੇ ਵਿੱਚ ਵੀ ਚੰਦ ਘੰਟਿਆਂ ਦੇ ਬਾਅਦ ਹੀ ਸੈਂਟਰਲ ਸਰਕਾਰ ਨੇ ਇੰਟਰਫੇਅਰ ਕਰਕੇ ਦੋਵਾਂ ਧਿਰਾਂ ਦੇ ਸਮਝੌਤੇ ਵਾਸਤੇ ਜਿਹੜੇ ਵਚਨਬੱਧਤਾ ਦਿਖਾਈ ਹੈ, ਜਿਸ ਤੋਂ ਬਾਅਦ ਹੁਣ ਰੇਲ ਨੈੱਟਵਰਕ ਆਪਣੀ ਹੜਤਾਲ ਰੋਕ ਕੇ ਅਤੇ ਦੁਬਾਰਾ ਕੰਮਕਾਜ ਵੱਲ ਨੂੰ ਸਾਰੇ ਕਾਮਿਆਂ ਨੂੰ ਆਪਣਿਆਂ ਨੂੰ ਨਜਿੱਠਣ ਵਾਸਤੇ ਕਹਿਣਗੇ ਅਤੇ ਕੱਲ੍ਹ ਤੋਂ ਕੰਮ ਜਿਹੜੇ ਨੇ ਭਾਵ ਅੱਜ ਸ਼ਾਮ ਤੋਂ ਹੀ ਰੈਗੂਲਰਲੀ ਫਿਰ ਤੋਂ ਚੱਲਣਗੇ। ਮੈਨੂੰ ਜੋਗਰਾਜ ਸਿੰਘ ਕਾਲੋਂ ਨੂੰ ਦਿਓ ਆ ਗਿਆ, ਤੁਸੀਂ ਦੇਖ ਲਓ ਪ੍ਰਾਈਮ ਮਿਨਿਸਟਰ TV, ਤੁਹਾਡਾ ਆਪਣਾ ਤੁਹਾਡੇ ਲਈ।